अस्सलाम वालेकुम नाजरीन, मैं हूँ सुमेरा, आज की ताज़ा खबरों के साथ। नाजरीन, एक फैमिली स्टेशन पे जा रही थी, बीवी ने कहा कि मैं थक चुकी हूँ, मेरा साथ बताओ और बच्चे को थोड़ी सी देर में पकड़ लो। उस शौहर ने क्या किया, उनके थप्पड़ लगा दिया। सारे लोग इकट्ठे हो गए। नाजरीन, फिर उतर जाने, तेन केड़ी गल कहती, उन्हें इन्ना ही किया ना कि मैं थक गई हाँ, चल तू फड़ ला मासा बच्चा, भी तेरा ही आ बच्चा, कड़ा तेन कहता भी आ कणक दिया गोलियां खा ला कितने, है तेन केड़ा कितने कहता भी ब्लीचिंग पी ला भी ला तू मर जाएगा, तेन अपना बच्चा कहा कि फड़ ला, तो उन्हें वह भी ना फड़िया, कुड़ी नु मारन लग गया बेचारी नु, फुल भार बच्ची सी। अल्लाह किसी नु नाजरीन कूड़ शोहर भी ना दवे, है ऐसा कूड़ आदमी, मैं इससे तो शादी नहीं करती है कि मेरा घर वाला ऐसा कोई कब्बा निकला, कूड़ा आदमी निकल आवे, है मैनू जिथे दिल करे उथे टोके, जिथे दिल करे मैनू उथे मारे, मैं तो नहीं अपनी इंसल्ट करवाउंदी, मैं इस करके ना अनमैरिड रहना ही पसंद करती हूं। नाजरीन, दूसरी खबर ये आ के खाजा सरां दे कोल जाके कहिंदा हफ्ता मंगण लग गया उन्हां दे कोलों, है ते ओ कहण भी हफ्ता सी किदां दे, भी दस तू किड्डा तू बेवकूफ आ, तू पुलिस वाला हैगा वा, तू 5 मिनट मांग ला, 10 मिनट मांग ला, तू हफ्ता मर जा। लो नाजरीन, चलदे अपनी अगली खबर। हेलो, हां की हाल है वे जूनी, आ तू कैसा, पहचान ली ना आवाज मेरी? हां मैं तेरी आवाज पहचान ली, वे किथों लिया तू नंबर साडा, है ਅਸੀਂ ਤੇ ਲਾਈਵ ਕਾਲ ਲੈਂਦੇ ਨੀ ਹੈਗੇ, ਚੈਨਲ ਦਾ ਨੰਬਰ ਤੇਰੇ ਕੋਲ ਕਿਸ ਤਰ੍ਹਾਂ ਆ ਗਿਆ? ਓ ਮੈਂ ਲੱਭ ਲੈਣਾ ਜਾਨੂ ਤੈਨੂੰ। ਹਾਏ ਅੱਲਾ, ਜਾਨ ਵੀ ਮੈਨੂੰ ਲਾਈਵ ਹੀ ਕਹੀ ਜਾਂਦਾ ਵਾ, ਮੈਂ ਘਰ ਆਉਣਾ ਹੀ ਆ। ਯਾ ਤੇਰਾ ਨੰਬਰ ਲੈਣਾ ਮੇਰੇ ਲਈ ਖੱਬਿਆ ਦਾ ਕੰਮ ਆ, ਤੈਨੂੰ ਪਿਆਰ ਕੀਤਾ ਸੀ। ਹਾਂ ਜਾਣ ਕੇ ਆ ਤੈਨੂੰ ਜਾਣ ਕੇ, ਤੇ ਜਿੱਥੇ ਤੂੰ ਜਾਏਗੀ ਨਾ ਮੈਂ ਉੱਥੇ ਦਾ ਤੇਰਾ ਨੰਬਰ ਲੱਭ ਲੈਣਾ, ਤੂੰ ਮੇਰੇ ਕੋਲ ਬਚ ਨਹੀਂ ਸਕਦੀ। ਨਹੀਂ ਤੂੰ ਇੰਨਾ ਕਾਹਦਾ ਮਗਰ ਪਿਆ ਹੋਇਆ ਵਾ, ਮੁਲਕ ਦੇ ਵਿੱਚ ਹੋਰ ਥੋੜੀਆਂ ਸੋਹਣੀਆਂ ਕੁੜੀਆਂ ਵਾ, ਤੂੰ ਮੇਰੇ ਹੀ ਮਗਰ ਪਿਆ ਵਾ। ਯਾਰ ਮਗਰ ਪੈਣ ਦੀ ਨਹੀਂ ਗੱਲ, ਤੂੰ ਉਦਣ ਆਈ ਹੈ ਯਾਰ ਘਰੋਂ, ਤੇ ਤੂੰ ਆਉਣ ਲੱਗਿਆ ਪਿਛੋਰੀ ਚੱਪਲ ਆਪਣੀ ਉੱਥੇ ਛੱਡ ਆਈ, ਮੁੰਡੇ ਦੀ ਚੱਪਲੀ ਪਾ ਕੇ ਤੂੰ ਆ ਗਈ। ਯਾਰ ਕਿਹੜੀ ਪਿਛੋਰੀ ਚੱਪਲ ਵੇ ਲੇਡੀਜ਼, ਮੈਂ ਕੀ ਕੁਹਾੜ ਤੋਂ ਆਈ ਆ ਵੀ ਮੈਂ ਪਿਛੋਰੀ ਚੱਪਲ ਪਾਉਣੀ, ਕਿਹੜੀ ਤੇਰੀ ਪਿਛੋਰੀ ਚੱਪਲ? ਪਿਛੋਰੀ ਚੱਪਲ ਜਿਹੜੀ ਤੂੰ ਪਾ ਕੇ ਆਈ ਸੀ, ਉਤੋਂ ਤੈਨੂੰ ਮੈਂ ਆਟੇ ਦਾ ਥੈਲਾ ਕਿਆ ਲੈ ਜਾ, ਤੂੰ ਮੋਢੇ ਤੇ ਰੱਖ ਕੇ ਮੁੰਡੇ ਦਾ ਬਾਹਰੋਂ ਸਾਈਕਲ ਲੈ ਗਈ, ਤੂੰ ਉਹ ਵੀ ਨਾਲ ਲੈ ਗਈ, ਸਿਗਰਟਾਂ ਦੀ ਡੱਬੀ ਆਪਣੀ ਤੂੰ ਇੱਥੇ ਭੁੱਲ ਗਈ, ਕਿੰਨਾ ਸਿਆਪਾ ਪਿਆ ਮੇਰਾ। ਅੰਮੀ ਦਾ ਫੋਨ ਆਉਣ ਡਿਆ ਜੀ, ਘਰ ਆਟਾ ਹੈ ਨਹੀਂ ਤੇ ਕੀ ਹੋਇਆ, ਮੈਂ ਜੇ ਮੈਂ ਥੈਲਾ ਲੈ ਗਈ ਤੇਰੇ ਕੋਲ, ਉੱਤੇ ਸਾਈਕਲ ਤੇ ਮੋੜ ਕੇ ਜਾਣਾ ਮੁੰਡੇ ਦਾ ਭਾਈ। ਮੋੜ ਦੂੰਗੀ ਸਾਈਕਲ ਵੀ ਮੈਂ, ਦੇ ਦੂੰਗੀ ਆ ਕੇ, ਤੂੰ ਤਾਂ ਐ ਵਾਂ ਜਿਵੇਂ ਨਾ ਮੈਂ ਮਰ ਜਾਣਾ ਵਾ ਮੁੜ ਕੇ ਕਿਤੇ ਆਉਣ। ਉਹ ਚੈਨਲ ਮੈਂ ਉਤਰਿਆ, ਬਸ ਕਰਦੇ ਬੰਦ ਕਰਦੇ ਫੋਨ ਮਾਰਨਾ ਵੀ, ਉਹ ਚੈਨਲ ਵਾਲਿਆਂ ਨੇ ਸਿਰ ਹੋ ਜਾਣਾ ਵਾ ਜੂਨੇ ਬੰਦ। ਯਾਰ ਇੱਕ ਮੈਂ ਤੈਨੂੰ ਜਾਨੂ ਕਹਿਣਾ, ਦੂਜਾ ਮੈਂ ਤੈਨੂੰ ਪਿਆਰ ਕਰਦਾ, ਮੇਰੀ ਗੱਲ ਸੁਣ, ਔਰ ਇਹ ਸਿਰਫ ਪੂਰੇ ਦੁਨੀਆ 'ਚ ਮੇਰਾ ਹੌਸਲਾ ਹੀ ਬਸ। ਹਾਏ ਅੱਲਾ, ਮੈਂ ਕਹਿੰਦੀ ਹਾਂ ਕਾਲ ਕੱਟਦੇ ਸਾਰਿਆਂ ਨੇ, ਮੈਨੇਜਰ ਨੇ, ਮੈਨੇਜਰ ਡਾਇਰੈਕਟਰ ਨੇ ਸਿਰ ਹੋ ਜਾਣਾ ਵਾ, ਕਾਲ ਕੱਟਦੇ, ਮੈਂ ਕਹਿੰਦੀ ਜੂਨੇ ਬਸ ਕਰ, ਮੇਰੇ ਪਿਆਰ ਦਾ ਇਜ਼ਹਾਰ ਕਰ। ਹਾਏ ਅੱਲਾ, ਤੈਨੂੰ ਸਾਰੀ ਦੁਨੀਆ ਦੇ ਸਾਹਮਣੇ ਹੁਣ ਮੈਂ ਇਜ਼ਹਾਰ ਕਰਾਂ ਕਿ ਮੈਂ ਤੇਰੇ ਨਾਲ ਪਿਆਰ ਕਰਦੀ? ਆਈ ਲਵ ਯੂ, ਕੈ ਆਈ ਲਵ ਯੂ? ਆਹੋ ਆਈ ਕਹਿ, ਚਲ ਮੈਂ ਕਰਦੀ ਹਾਂ ਤੈਨੂੰ, ਮੈਂ ਘਰ ਆ ਕੇ ਦੱਸ ਦਿੰਦੀ ਤੈਨੂੰ ਕਾਹਦਾ ਐਡਾ ਵੀ ਆਈ ਲਵ ਯੂ ਦਾ। ਯਾਰ ਕਹਿ ਦੇ ਯਾਰ, ਹੋਰ ਤੂੰ ਕੀ ਮੇਰੇ ਕਦੇ ਹੋਰ ਕਿਹੜਾ ਕਿ ਮੈਂ ਤੇਰੇ ਕੋਲ ਨਾ ਕਰ ਜੂਨੇ, ਨਾ ਕਰ ਸੋ ਨਾਟੂ, ਨਾ ਕਰ ਨਾ ਤੂੰ ਸਾਰੀ ਮੇਰੀ ਜਸਾਨ ਫਰਾਮੋਸ਼ੀ ਕਰੀ ਜਾਣਾ, ਮੈਂ ਤੇਰੇ ਇੰਨੇ ਕੰਮ ਆਉਣੀ। ਕੀ ਕੰਮ ਆਈ ਤੂੰ ਮੇਰੇ ਬਈ? ਤੈਨੂੰ ਯਾਦ ਆ ਜਦੋਂ ਤੂੰ ਕਿਹਾ ਸੀ ਵੀ ਗੈਲਰੀ ਤੋਂ ਪੇਟੀ ਦੋ ਤਿੰਨਾਂ ਬੰਦਿਆਂ ਕੋ ਨਹੀਂ ਲੱਥਦੀ, ਤੇ ਸੁਨਹਿਰਾ ਤੂੰ ਆ, ਤੇ ਮੈਂ ਆ ਕੇ ਸਾਰਿਆਂ ਬੰਦਿਆਂ ਨੂੰ ਪਰੇ ਕਰਕੇ ਤੇ ਮੈਂ ਕੱਲੀ ਨੇ ਗੈਲਰੀ ਤੇ ਪੇਟੀ ਲਾ ਕੇ ਤੈਨੂੰ ਦਿੱਤੀ ਸੀ, ਤੈਨੂੰ ਸਾਰਾ ਕੁਛ ਹੀ ਭੁੱਲ ਜਾਂਦਾ ਵਾ। ਪੰਪ ਪਾਣੀ ਨੀ ਚੱਕਦਾ, ਮੈਂ ਸਾਰਾ ਬੋਰ ਕਰਕੇ ਪੰਪ ਚਕਾ ਪਾਣੀ ਚਕਾ ਕੇ ਤੇ ਫੇਰ ਆਈ ਸੀ, ਹੈ ਤੈਨੂੰ ਮੈਂ ਕਿਹੜੇ ਕਿਹੜੇ ਆਪਣੇ ਆਸਾਨ, ਤੂੰ ਤਾਂ ਤੈਨੂੰ ਯਾਦ ਆ ਜਦੋਂ ਤੁਹਾਡੇ ਡਿਸਟੈਂਪਰ ਕਰਕੇ ਆਈ ਸੀ, ਮੈਂ ਪਰਾਹੁਣੇ ਆਉਣੇ ਸੀ, ਕੰਧਾਂ ਸਾਰੀਆਂ ਤੁਹਾਡੀਆਂ ਖਰਾਬ ਹੋਈਆਂ ਸੀ, ਤੈਨੂੰ ਤਾਂ ਭੁੱਲ ਜਾਂਦੇ ਸਾਰੇ ਮੇਰੇ ਆਸਾਨ ਭੁੱਲ ਗਿਆ ਜੀ। ਮੈਂ ਵੀ ਤੇ ਖਰਚਾ ਕਰਦਾ 20 ਰੁਪਏ, 30 ਰੁਪਏ, 10 ਰੁਪਏ, ਕਦੀ ਸੋਚਿਆ ਮੈਂ? ਅੱਲਾ, ਇੰਨਾ ਹੀ ਖਰਚਾ ਕਰੀ ਜਾਂਦਾ ਵਾ ਤੂੰ, ਹੈ ਕਿਤੇ ਬੱਚਿਆਂ ਜੋਗਾ ਆਪਣੇ ਜੋਗਾ ਵੀ ਕਿਤੇ ਰੱਖ ਲਾ, 20-30 ਮੇਰੇ ਤੇ ਹੀ ਲਾ ਦੇ। ਹਾਂ ਤੇ ਲਾਉਣਾ ਮੈਂ, ਹੋਰ ਕੀ, 20-30 ਤੇ ਡਾਲਰ ਲਾਤੇ ਮੈਨੂੰ ਤਾਂ ਜਿਹੜੇ। ਉਹ ਡਾਲਰ ਹੀ ਆ, ਮਤਲਬ 30 ਰੁਪਏ ਇੱਕ ਦੇ ਤੇ 20 ਰੁਪਏ, ਜਦੋਂ ਤੂੰ ਗੱਲ ਕਰੇ 10-20 ਰੁਪਏ, ਮੈਂ ਕਦੀ ਸੋਚਿਆ ਨਹੀਂ ਵੀ ਮੈਂ ਮਤਲਬ ਕਿ ਕਦੀ ਕੋਈ ਕਿਰਸ ਕਰਾਂ। ਆਪਣਾ ਵਾਰਦਾ ਐਵੇਂ ਨਹੀਂ ਪਿਆਰ ਕੀਤੇ ਜਾਂਦੇ ਹੁੰਦੇ, ਹੈ ਐਵੇਂ ਨਹੀਂ ਕੁੜੀਆਂ ਚੰਗੀਆਂ ਲੱਭਦੀਆਂ, ਜਿੱਦਾਂ ਤੂੰ ਲੱਗਾ ਹੋਇਆ ਖਰਚਿਆਂ ਤੋਂ ਨਾ ਡਰ ਜੇ ਮੇਰੇ ਨਾਲ ਚੱਲਣਾ ਵਾ, ਉੱਤੋਂ ਚੈਨਲ ਵਾਲੇ ਮੇਰੇ ਸਿਰ ਹੋ ਗਏ, ਤੂੰ ਨੌਕਰੀ ਵੀ ਗਵਾਏਗਾ ਮੇਰੀ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਤੂੰ ਲਾਈਵ ਕਾਲ ਤੇਰਾ ਨੰਬਰ ਕਿੱਦਾਂ ਤੂੰ ਚੈਨਲ ਦਾ ਲੈ ਲਿਆ। ਅੱਛਾ ਚੱਲ ਛੱਡ, ਮੈਨੂੰ ਦੱਸ ਵੀ ਬਾਹਰ ਦਾ ਥੜਾ ਤੂੰ ਕਿਹਾ ਸੀ ਮੈਂ ਕਰ ਦੂੰਗੀ ਆ ਕੇ, ਉਹ ਕੀ ਲਿਆਵਾਂ ਮੈਂ, ਸੀਮਟ ਕਿੰਨਾ ਲੈਣਾ? ਸੀਮਟ ਕਿੰਨਾ ਲੈਣਾ? ਅੱਧੀ ਬੋਰੀ ਸੀਮਟ ਦੀ ਲੈ ਆ। ਅੱਛਾ, ਤੇ 3 ਤਗਾਰੀਏ ਜਿਹੜੇ ਆ ਨਾ ਰੇਤੋ ਦੇ ਲੈ ਆ, ਠੀਕ ਆ, ਤੇ ਬਕਾਇਆ ਰਲਾ ਕੇ ਤੇ ਮੈਂ ਲਾ ਦੂੰਗੀ, ਜਰਾ ਇੱਟਾਂ ਨੂੰ ਮੇਰੇ ਤੋਂ ਆਉਣ ਤੋਂ ਪਹਿਲਾਂ ਨਾ ਪਾਣੀ ਲਾ ਕੇ ਰੱਖੀ, ਜਰਾ ਚੰਗੀ ਤਰ੍ਹਾਂ ਤਾਰ ਕਰਕੇ ਰੱਖੀ, ਮੈਂ ਲਾ ਦੂੰਗੀ ਇਹ ਵੀ ਤੇਰੇ ਆ ਕੇ, ਸਾਰੇ ਕੰਮ ਪਿਆਰ ਤੇਰੇ ਨਾਲ ਕੀ ਕਰ ਲਿਆ ਤੂੰ ਤਾਂ
3500 ਕੰਮ ਮੇਰੇ ਤੋਂ ਹੀ ਲਈ ਜਾਂਦਾ ਤੇ ਜਾਨੂ ਤੇਰੇ ਕੋਈ ਲੈਣਾ ਜਦੋਂ ਤੇਰੇ ਤੋਂ ਖਰਚਾ ਕਰੀਦਾ ਤੇ ਜਾਨੂ ਕਾਦਾ ਹੋਇਆ ਮੈਂ ਤੂੰ ਤਾਂ ਮੈਨੂੰ ਅੱਛਾ ਨਹੀਂ ਤੇ ਫਿਰ ਅੱਲਾ ਹਾਫਿਜ਼ ਜਾ ਹਾਂ ਅੱਲਾ ਹਾਫਿਜ਼ ਹਾਂ ਚੱਲ ਲਵ ਯੂ ਆਈ ਲਵ ਯੂ ਤੇ ਕਹਿਦੇ ਜਾਂਦੇ ਆ ਹਾਏ ਅੱਲਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਉਹ ਕਾਦੀ ਸ਼ਰਮ ਤਿੰਨ ਲਫ਼ਜ਼ ਦਾ ਕਹਿਦੇ ਵੀ ਆਈ ਲਵ ਯੂ ਜਾਨੂ ਨਹੀਂ ਮੇਰੇ ਕੋ ਕਿਹਾ ਉਹ ਕਹਿਦੇ ਤੂੰ ਕਿਹਾ ਨਹੀਂ ਜਾਣਾ ਚੱਲ ਕਹਿ ਕਿੱਦਾਂ ਕਹਿਦਾ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਕਿਸੇ ਨੂੰ ਆਈ ਲਵ ਯੂ ਕਹਿਣਾ ਹੈ ਉਹ ਤੂੰ ਪਹਿਲੀ ਵਾਰੀ ਕਹਿਣਾ ਤੇ ਮੈਂ ਪਰ ਮੇਰਾ ਭਾਰੇ ਆਖਰੀ ਵਾਰੀ ਹੋਵੇ ਜਿੱਦਾਂ ਦਾ ਤੂੰ ਕਹਿਣਾ ਮਰੇ ਜਿੰਨੀ ਮੇਰੀ ਯੰਗ ਏਜ ਆ ਨਾ ਮੈਂ ਮੇਰਾ ਫਸਟ ਚਾਂਸ ਹੀ ਆਏ ਤੋਬਾ ਕਿਸੇ ਨੂੰ ਆਈ ਲਵ ਯੂ ਕਹਿਣਾ ਕਿਸੇ ਨੂੰ ਕਿਨੂੰ ਆ ਜਿਹੜਾ ਤੈਨੂੰ ਕਹਿਣ ਲੱਗੀ ਆ ਤੂੰ ਖੁਸ਼ ਨਸੀਬ ਆ ਲੱਕੀ ਆ ਜਿਹੜਾ ਮੈਂ ਤੈਨੂੰ ਆਈ ਲਵ ਯੂ ਕਹਿਣ ਡਈ ਚੱਲ ਫਿਰ ਮੈਨੂੰ ਲੱਕੀ ਕਰ ਦੇ ਆਈ ਲਵ ਯੂ ਇਹਨਾਂ ਦਾ ਬੜਾ ਲੈ ਜੂਨੇ ਹੁਣ ਬਸ ਕਰ ਦੇ ਜਾਨ ਛੱਡ ਦੇ ਮੇਰੀ ਹੈ ਦਫਾ ਦੂਰ ਲੋ ਨਾਜ਼ਰੀਨ ਫਿਰ ਅਗਲੇ ਖਬਰਾਂ ਦੇ ਨਾਲ ਮੈਂ ਹਾਜ਼ਰ ਹੋਵਾਂਗੀ ਸੌਰੀ ਆ ਨਾ ਫੋਨ ਵਿੱਚ ਵਿੱਚੇ ਮੇਰੇ ਨਾ ਚਾਮਕੇ ਦਾ ਪਤਾ ਨਹੀਂ ਕਿੱਥੋਂ ਲੈ ਲਿਆ ਉਂਤਰੇ ਨੇ ਫੋਨ ਲਾਇਆ ਆ ਗਿਆ ਇਹਦੀ ਮੈਂ ਸੌਰੀ ਕਰਦੀ ਹੁਣ ਫੇਰ ਮਿਲਾਂਗੇ ਅਗਲੇ ਸੈਗਮੈਂਟ 'ਚ